ਆਫਰ ਆਫਸਰ ਚਾਹ ਲੈ ਕੇ ਆ। मैडम कौन है आप किधर आई है? मैं पोलियो के कतरे पिलाने आई हूँ। अच्छा कतरे प्यार वाली है? बच्चे को जी? बच्चों को। अच्छा बच्चे को पिलाओ। देखो तू वड्डा हो गया तेरे लिए मैं लैदा कतरे रखे हैं। आप पोलियो के कतरे पिलाने आई हैं? जी। कतरे कौन पीते हैं जी? बच्चे हैं, बच्चों को पिलाओ। देखो जी बच्चा तो इतने कोई नहीं गा, अल्लाह खैर तुसी आ गए, अल्लाह सानू दे देगा। हुण मैं तुम दस रहा पोलियो कितने पिला। उस्ताद जी अंदर ही रहो। ये मसला ओ गाक दी अल्लाह दी रहमत हुंदी। लेकिन ये गाक नहीं है। मैं गाक नहीं हूं। ये कौन है जी? ये कितने पिउंदी है? तुसी पी लो क्योंकि तुम्हारा वैसे भी मुंह बड़ा बकरी दे चोए थाना रगा हो गया। जेड़े कितने? पोलियो के कितने? अच्छा तो भी पी लेने हां। उस्ताद जी माशाल्लाह जी किधर तुर पे हो? सानू तो अपने काम आउंदा, असि तो वेखने ते बस ध्यान पै जांदा। मां चला एक ने सीता जी ये मेरे ड्रेस मास्टर ने। अच्छा अच्छा असि समझा रहे हो टेंट वाले ने लाया है, कटोपी नहीं लोगे कर रहे सिलाना जे जाओ तुसी अपना काम करना। नहीं नहीं अगर आपको खुला लग रहा है तो ना आप ले सकते। काफी खुला है ये, इधर तो दो बंदे बढ़ सकते। अच्छा नाल मैं भी ठीक है ठीक है। ते किथे जे हो ਤਾਰੇ ਸ਼ੁਰ ਸ਼ਾਇਦ ਤੇ ਕੋਈ ਨਹੀਂ ਤੇ ਕਿੱਥੋਂ ਕਬ ਕਤਰੇ ਪਿਆ ਹੁੰਦਾ? ਸਾਜੀ ਛੱਡੋ ਇਸ ਗੱਲ ਨੂੰ ਮੈਂ ਤੁਹਾਨੂੰ ਦੱਸਣਾ ਹੈ ਨਹੀਂ ਉਹ ਕਤਰੇ ਐਸ ਵਾਰੀ ਮਾਸ਼ਾਅੱਲਾ ਤੂੰ 13ਵੇਂ ਹੱਜ ਤੇ ਜਾਣਾ ਹੈ ਅੱਲਾ ਦੇ ਹੁਕਮ ਨਾਲ ਮਰਦੇ ਦਮ ਤੱਕ ਜਾਣਾ। ਆਮੀਨ ਸੁਮਾ ਆਮੀਨ। ਹਾਂ ਭਾਈ ਸਾਹਿਬ ਕਦੀ ਵੈਸੇ ਤੁਸੀਂ ਜੀਟੀ ਰੋਡ ਤੇ ਗਏ ਹੋ ਕਿਸੇ ਬੰਜੀ ਹੋਟਲ ਤੇ ਚਾਹ ਪੀਣ? ਮੈਂ ਬੜੀ ਚਾਹ ਪੀਣੀ। शर्म करो उस्ताद जी एक कर अपना लिया कतरे। मैं तो कहना वा तुहाडी उम्र बड़ी है कि कतरे रहन दे कैप्सूल लवो। कितने कैप्सूल? कदी तुसी चार पान कठे ले हुण तीन मिठे एक पत्ती वाला हजारां वारी वो चार पान लपेट के इको लिफाफे च पा देना। अगर केड़ी ऐसी निशानी लगदा पता लगे कि पत्ती वाला तीन मिठे ने वो जिहड़ा एक होंदा ना जी उहदा इक उहना पाड़ देंदे ने उह देर का तुहाडा मुंह नहीं। फेर किहदे वरगा है? ते फेर किहदे वरगा उह जिहड़ा ऐ घुमा के उत्तों अंगूठे नाल ऐ करके थल्लों ऐ नहीं करदा जदों आज अगर तेन मैं इस काम तो कर दिया कल तू एक्टर बन जाएगा। मैं कल गुजरा चले जा। मेरी गल सुनो माशाल्लाह नाप लवो जरा। नाप हो गया? हो गया ना। हाँ मेरे जहन च आ गया माश। ऐ जरा बाल चुको, बाल चुको, पूरे चुको, आगे करो। ऐ सारे ही चुको, ऐ आगे करो। पीछे सारे चुको मैडम। हाँ कोई फायदा नहीं, कमीज ही है। पता नहीं केड़ियां बरीकियां च पिया है तू। भाई साहब हाँ जी छो की पे इस काम के लिए आप बूट चढ़ा के फिर जी बूट के सूत्र पा के आया नहीं खिंच ਅਸਲਾਮੁਅਲੈਕਮ ਜੀ। ਵਾਲੇਕੁਮ ਅਸਲਾਮ। ਕੀ ਹਾਲ ਹੈ? ਠੀਕ
ਕੀ ਮੈਨੂੰ ਪਤਾ ਲੱਗਾ ਤੁਸੀਂ ਇੱਥੇ ਕੁਝ ਪਿਆਉਣ ਆਏ ਹੋ ਪੋਲੀਓ ਕੇ ਕਤਰੇ ਤੇ ਨਾਲ ਨਿਮਕੋ ਹੈ ਜੇ ਓ ਨੀਟ ਕਤਰੇ ਨਹੀਂ ਪੀਤੇ ਜਾਂਦੇ ਮੇਰੇ ਕੋਲ ਇੱਕ ਮਿੰਟ ਇਸੇ ਕੀ ਤਕਲੀਫ ਹੈ ਹਾਂਜੀ ਇਸੇ ਕੀ ਤਕਲੀਫ ਹੈ ਕੁਝ ਨਹੀਂ ਗਰਮ ਸਲਵਾਰ ਪਾ ਬੈਠਾ ਓ ਇਹਨਾਂ ਨੂੰ ਥੱਲੇ ਆ ਕੇ ਲੱਗੀ ਆਪ ਉੱਤੋਂ ਪੁੱਜ ਗਿਆ ਕਿੰਨੀ ਪਿਆਰੀ ਹੈ ਆਪ ਬੇਟਾ ਇੱਕ ਮਿੰਟ ਬੱਚੀ ਹਜੇ ਨਹੀਂ ਗਿੱਜੀ ਹੌਸਲਾ ਰੱਖ ਗੋਲ ਗਲੇ ਦਾ ਗੁਰਦਾ ਪਾਉਂਦਾ ਸੀ ਉਹ ਫੇਲ ਹੋ ਗਿਆ ਹਾਂਜੀ ਗੁਰਦਾ ਫੇਲ ਹੈ ਟਕਾ ਟਕ ਠੀਕ ਨੇ ਟਕਾ ਟਕ ਹੋਤੇ ਯੇ ਬੱਕਰੇ ਕੇ ਜ਼ਰੂਰੀ ਡਾਕੂਮੈਂਟਸ ਪਾਏ ਪਾਏ ਉਹ ਸਾਰੇ ਇਹਨਾਂ ਦੇ ਘਰ ਜਮ੍ਹਾਂ ਹੁੰਦੇ ਨੇ ਜੇ ਜੋ ਕੱਟ ਹੋਣ ਬੱਕਰਾ ਨਹੀਂ ਮੰਨਦੇ ਸਾਨੂੰ ਬੱਕਰਾ ਹੈ ਮੇਰਾ ਤੁਸੀਂ ਪੋਲੀਓ ਦੇ ਕਤਰੇ ਪਿਆਉਣੇ ਨੇ ਕਹਿੰਦੇ ਵੀ ਇੱਕ ਕੁੜੀ ਮੈਨੂੰ ਪਿਆਉਣ ਆਈ ਸੀ ਮੈਂ ਉਹਦਾ ਪੂਰਾ ਜੱਗ ਪੀ ਗਿਆ ਹਾਏ ਹਾਏ ਮੁੜ ਕੇ ਗਲਾਸ 'ਚ ਪਵਾ ਕੇ ਮੈਂ ਨਾਲ ਬਾਕਰ ਖਾਣੀ ਮੰਗਵਾ ਲਈ ਹੈ ਤੁਸੀਂ ਇਸ ਬੱਚੇ ਦੇ ਕੋਲ ਨਹੀਂ ਬਹੁਤ ਆਉਣਾ ਬਦਤਮੀਜ਼ ਆਦਮੀ ਹੈ ਹਾਂਜੀ ਇਹ ਪਿੱਛੋਂ ਐਕਸਰੇ ਕਰਾ ਕੇ ਕਹਿੰਦਾ ਮੇਰੇ ਦਿਲ 'ਚ ਸਰਾਖ ਹੈ ਉਹ ਡਾਕਟਰ ਵਿਚਾਰੇ ਪਿੱਟ ਪਿੱਟ ਮਾਰ ਗਏ ਕਿ 20 ਸਾਲ ਹੋ ਗਏ ਨੇ ਸਾਨੂੰ ਮੈਡੀਕਲ ਦੇ ਸ਼ੋਬੇ 'ਚ ਦਿਲ ਦਾ ਸਰਾਖ ਐਡਾ ਨਹੀਂ ਹੁੰਦਾ ਉੱਤੋਂ ਇਹ ਬਦਤਮੀਜ਼ ਕਹਿੰਦਾ ਮੈਂ ਜਿੰਨਾ ਪਿਆਰ ਕਰਦਾ ਸੀ ਕੁੜੀ ਬੇਵਫਾ ਸੀ ਮੇਰੇ ਦਿਲ 'ਚ ਉਂਗਲ ਫੇਰਦੀ ਸੀ ਅਸਲਾਮੁਅਲੈਕੁਮ ਜੀ ਵਾਲੇਕੁਮ ਸਲਾਮ ਜੀ ਕਿੱਧਰ ਜੀ ਪੋਲੀਓ ਕੇ ਕਤਰੇ ਕਤਰੇ ਪਿਆਉਂਦੇ ਹੋ ਜੀ ਬਿਲਕੁਲ ਕੋਈ ਬੱਚਾ ਹੈ ਤੇ ਬੁਲਾਓ ਹੈ ਕੋਈ ਬੱਚਾ ਹੈ ਤੇ ਬੁਲਾਓ ਆਏ ਨੇ ਹੁਣ ਕੋਸ਼ਿਸ਼ ਕਰਨੇ ਆ ਉਹ ਕਤਰੇ ਪੇ ਆਣ ਆਏ ਨੇ ਕਿੱਥੇ ਬਾ ਫੜ ਕੇ ਲਿਆ ਹਾਂਜੀ ਤੇ ਤੂੰ ਇੱਕ ਨੂੰ ਮੇਰੇ ਸਾਹਮਣੇ ਕਰ ਕੀ ਗੱਲ ਹੈ ਲੈ ਲੈ ਐਡਾ ਗੌਰ ਨਾਲ ਦੇਖਣ ਦੀ ਨਜ਼ਰ ਆਉਣੀ ਮੈਨੂੰ ਲਓ ਜੀ ਮੇਰੀ ਮੁਰਾਦ ਪੂਰੀ ਹੋਈ ਨਾ ਮੰਮੀ ਇੱਕ ਚੇਨ ਚੜਾਵਾਂਗਾ ਜੀ ਮੈਂ ਤਾਂ ਕਹਿੰਦਾ ਬਾਬਾ ਜੀ ਉਮਰ ਦੇ ਸਾਹਮਣੇ ਟੀਕਾ ਲਓ ਕੁੜੀਏ ਵਾਰੇ ਵਾਹ ਗੱਲ ਕੀ ਹੈ ਕਤਰਾ ਵੀ ਲੈਣ ਵਾਲੀ ਹੋ ਬੱਚਿਆਂ ਨੂੰ ਪਿਆਉਂਦੀ ਜੀ ਬਿਲਕੁਲ ਮੈਨੂੰ ਤਾਂ 6 ਮਹੀਨੇ ਹੋ ਗਏ ਡਿਊਟੀ ਤੇ ਆ ਮੈਂ ਘਰੋਂ ਆਇਆ ਫਿਰ ਵੀ ਕਰ ਕਰਨਾ ਫੋਨ ਸ਼ਾਇਦ ਕੋਈ ਕਾਕਾ ਆਇਆ ਹੋਵੇ ਉਹ ਮੇਰਾ ਮਤਲਬ ਹੈ ਕੋਈ ਭਤੀਜਾ ਭਤੀਜੀ ਕੋਈ 100 ਗੱਲ ਅਸੀਂ ਇਕੱਠੇ ਲੈਨੇ ਨਾ ਆ ਕੁੜੀ ਨੇ ਤੈਨੂੰ ਕਤਰੇ ਪਾਉਣੇ ਨੇ ਤੁਸੀਂ ਮੈਨੂੰ ਬੱਚੇ ਹੀ ਲੱਗ ਰਹੇ ਹੋ ਮੈਂ ਫੜ ਕੇ ਪੀਣੇ ਆ ਲੋ ਓਏ ਹਾਏ ਓ ਸਾਈਆ ਬਾਸੀ ਕਹਿ ਤੇ ਕੋ ਫੜੇ ਵੀ ਜਾਂਦਾ ਸੋਚ ਅਸੀਂ ਵੀ ਮੈਨੂੰ ਬਣਾ ਦੇ ਤੂੰ ਮੈਂ ਆਪ ਹੀ ਲੱਗਾ ਉਹ ਤੇ ਬੱਚਿਆਂ ਨੂੰ ਭੇਜ ਦਿਆ ਆਓ ਤੇ ਤੁਸੀਂ ਮੈਨੂੰ ਬੱਚੇ ਹੀ ਤੇ ਲੱਗ ਰਹੇ ਹੋ ਮੇਰੇ ਤੇ ਬੱਚੇ ਹੀ ਕੋਈ ਨਹੀਂ ਸ਼ਾਦੀਆਂ ਮੇਰੀਆਂ ਬਹੁਤ ਹੋਈਆਂ ਕਿਹੜੀਆਂ ਮੇਰੀ ਸ਼ਾਦੀ ਹੋਈ ਹੀਰਾ ਮੰਡੀ ਮੇ ਹੀਰਾ ਮੰਡੀ ਮੇ ਅੱਛਾ ਹਾਂ ਜਿਹੜਾ ਬੱਚਾ ਜੰਮੇ ਉਹ ਵੱਡਾ ਹੋ ਕੇ ਵਰਦੀ ਪਾ ਲੈ ਮੇਰੀ ਔਲਾਦ ਨੂੰ ਜੇਲ੍ਹ ਹੋ ਗਈ